ਏਵਨ ਪੰਜਾਬੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਜੀ ਕਰੰਟ ਇਸ਼ੂ। ਦੋਸਤੋ ਕਰੰਟ ਇਸ਼ੂ ਚੱਲਦੇ ਆ ਲੁਧਿਆਣਾ, ਜਿੱਥੋਂ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਛੋਟੀ ਜਿਹੀ ਬੱਚੀ ਦੇ ਸਿਰ 'ਤੇ ਹਥੌੜਿਆਂ ਨਾਲ ਇੱਕ ਸ਼ਰਾਬੀ ਵਿਅਕਤੀ ਨੇ ਵਾਰ ਕੀਤਾ। ਇਹ ਸਾਰੀ ਖਬਰ ਦੀ ਜਾਣਕਾਰੀ ਲੈਂਦੇ ਹਾਂ ਜੀ ਸਾਡੇ ਨਾਲ ਜੁੜਿਆ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਜੀ। ਹਾਂਜੀ ਭੰਡਾਰੀ ਜੀ, ਕੀ ਹੈ ਸਾਰਾ ਮਾਮਲਾ? ਜੀ ਸੋਢੀ ਸਾਹਿਬ, ਇਹ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਅਧੀਨ ਪੈਂਦੇ LIG ਫਲੈਟ ਦੇ ਕੋਲ ਇੱਕ ਵਿਅਕਤੀ ਨੇ ਜੋ ਨਸ਼ੇ ਵਿੱਚ ਟੱਲੀ ਸੀਗਾ, ਉਹਨੇ ਇੱਕ 10 ਸਾਲ ਦੇ ਬੱਚੇ ਨੂੰ ਸਿਰ ਦੇ ਵਿੱਚ ਹਥੌੜੇ ਮਾਰ ਕੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜੋ ਜਿਸ ਨੂੰ ਇਲਾਜ ਵਾਸਤੇ CMC ਦਾਖਲ ਕੀਤਾ ਗਿਆ ਜੀ। ਜੀ ਭੰਡਾਰੀ ਸਾਹਿਬ, ਬੱਚੇ ਦੀ ਉਮਰ ਕਿੰਨੀ ਹੈ? 10 ਸਾਲ ਦੀ ਉਮਰ ਹੈ ਬੱਚੇ ਦੀ, 4th ਕਲਾਸ ਵਿੱਚ ਇਹ ਬੱਚਾ ਪੜ੍ਹਦਾ ਹੈ ਜੀ। ਫਿਲਹਾਲ ਕੀ ਹਾਲਤ ਹੈ ਹੁਣ ਬੱਚੇ ਦੀ? ਫਿਲਹਾਲ ਡਾਕਟਰਾਂ ਨੇ ਹਾਲਤ ਜਿਹੜੀ ਹੈ ਚਿੰਤਾਜਨਕ ਦੱਸੀ ਹੋਈ ਹੈ ਤੇ ਜਿਹੜੀ ਉਹ ਅਨਫਿਟ ਦੱਸਿਆ ਡਾਕਟਰਾਂ ਨੇ ਜੀ। ਤੇ ਆਰੋਪੀ ਕਾਬੂ ਹੋ ਗਿਆ? ਹਾਂਜੀ, ਆਫ ਦੀ ਰਿਕਾਰਡ ਲੋਕਾਂ ਦੇ ਮੁਤਾਬਕ ਉਹਨਾਂ ਨੇ ਜਿਹੜੀ ਆਰੋਪੀ ਨੂੰ ਪਕੜ ਕੇ ਜਿਹੜੀ ਉਹਦੇ ਨਾਲ ਛਿੱਤਰ ਪਲੇਟ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਸੀਗਾ, ਪਰ ਅਧਿਕਾਰਿਕ ਤੌਰ ਤੇ ਹਜੇ ਪੁਲਿਸ ਨੇ ਇਹਦੀ ਪੁਸ਼ਟੀ ਨਹੀਂ ਕੀਤੀ ਹੈ ਜੀ। ਜੀ ਸੋ ਭੰਡਾਰੀ ਜੀ, ਕੁਝ ਪਤਾ ਲੱਗ ਸਕਿਆ ਵੀ ਆਰੋਪੀ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ? ਨਹੀਂ ਜੀ, ਹਾਲੇ ਫਿਲਹਾਲ ਇਸ ਗੱਲ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਅਸੀਂ ACP ਦਵਿੰਦਰ ਕੁਮਾਰ ਦੇ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਦੱਸਿਆ ਵੀ ਹਜੇ ਬੱਚੇ ਦੇ ਜਾਂ ਉਹਦੇ ਪਰਿਵਾਰਿਕ ਮੈਂਬਰਾਂ ਦੇ ਜਿਹੜੇ ਬਿਆਨ ਨਹੀਂ ਲਿੱਤੇ ਜਾ ਸਕੇ, ਕਿਉਂਕਿ ਬੱਚਾ ਹਲੇ ਅਨਫਿਟ ਸੀਗਾ, ਉੱਧਰ ਹੀ ਅਜੇ ਭੱਜੇ ਰੱਠੇ ਫਿਰਦੇ ਨੇ ਉਹ। ਉਸ ਤੋਂ ਬਾਅਦ ਜਦੋਂ ਅੱਜ ਬੱਚੇ ਦੇ ਜਾਂ ਉਹਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਹੋਣਗੇ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇਹ ਕੀ ਘਟਨਾ ਸੀ ਔਰ ਕਿਉਂ ਇਹਦਾ ਕਾਰਨ ਕੀ ਸੀਗਾ। ਜਦ ਉਹਦੀ ਗ੍ਰਿਫਤਾਰੀ ਪਾਉਣਗੇ ਤੇ ਫਿਰ ਉਹ ਤੋਂ ਪੁੱਛਗਿੱਛ ਦੌਰਾਨ ਪਤਾ ਲੱਗੇਗਾ ਵੀ ਇਹ ਕਿਸ ਕਾਰਨ ਇਹਨੇ ਬੱਚੇ ਦੇ ਇੰਨੀ ਗੰਭੀਰ ਸੱਟ ਮਾਰੀ ਹੈ ਜੀ। ਸੋ ਪੁਲਿਸ ਅਧਿਕਾਰੀਆਂ ਤੇ ਸਥਾਨਕ ਲੋਕਾਂ ਦੇ ਇਸ ਬਾਰੇ ਵਿੱਚ ਕੀ ਕਹਿਣਾ, ਤੁਸੀਂ ਵੀ ਦੇਖੋ ਤੇ ਸੁਣੋ। ਨਹੀਂ ਪਤਾ ਤੇ ਉਹ ਬੱਚਾ ਉੱਥੇ ਖੇਲ ਰਿਹਾ ਜਾਂ ਉੱਥੋਂ ਲੰਘ ਰਿਹਾ ਹੋਣਾ, ਉਸ ਆਦਮੀ ਨੇ ਮੌਕਾ ਤਾੜ ਕੇ ਉਹ ਬੱਚੇ ਦੇ ਚੋਟ ਲਾ ਦਿੱਤੀ ਹੈ ਉਹਨੂੰ। ਅਸੀਂ ਬੱਚੇ ਨੂੰ ਚੱਕ ਕੇ CMC ਹੋਸਪਿਟਲ ਲੈ ਕੇ ਆਏ ਹਾਂ। ਚੋਟ ਕਿੱਦਾਂ ਲੱਗੀ ਲਾਈ ਉਹਨੇ? ਉਹਨੇ ਕੋਈ ਸਾਨੂੰ ਪਤਾ ਲੱਗਿਆ ਜੀ ਕੋਈ ਹੈਮਰ ਮਾਰਿਆ ਬੱਚੇ ਦੇ ਹਥੌੜੀ ਦੇ ਟਾਈਪ ਦੀ ਕੋਈ ਚੀਜ਼ ਮਾਰੀ ਹੈ ਤੇ ਉਸ ਆਦਮੀ ਨੂੰ ਪੁਲਿਸ ਪਕੜ ਕੇ ਲੈ ਗਈ ਹੋਈ ਹੈ ਤੇ ਬੱਚੇ ਨੂੰ ਅਸੀਂ CMC ਹੋਸਪਿਟਲ ਲੈ ਕੇ ਆਏ। ਬੱਚੇ ਦੀ ਹਾਲਤ ਕਿਵੇਂ? ਬੱਚੇ ਦੀ ਹਾਲਤ ਇਸ ਟਾਈਮ ਠੀਕ ਹੈ ਜੀ, ਡਾਕਟਰ ਆਪਣਾ ਟ੍ਰੀਟਮੈਂਟ ਕਰਾ ਰਹੇ ਆ, ਬਾਕੀ ਹੁਣ ਥੋੜ੍ਹੀ ਦੇਰ ਤੱਕ ਰਿਪੋਰਟ ਆਏਗੀ ਤੇ ਪਤਾ ਲੱਗਦਾ ਜੀ। ਟਾਂਕੇ ਕਿੰਨੇ ਲੱਗੇ ਜੀ? ਨਹੀਂ ਵੀਰ ਜੀ, ਸਾਨੂੰ ਇਸ ਬਾਰੇ ਹਾਲੇ ਕੋਈ ਦੱਸਿਆ ਡਾਕਟਰ ਨੇ? ਨਹੀਂ ਜੀ। ਰਾਮਚੰਦਰ ਨਾਂ ਦੇ ਬੰਦੇ ਨੇ, ਇੱਕ ਦੀਪਕ ਬੱਚਾ ਸੀ, ਖੇਡ ਰਿਹਾ ਸੀ ਜਿਹੜਾ ਆਪਣੇ ਨਾਲ ਦੂਜੇ ਬੱਚਿਆਂ ਦੇ, ਉਹਦੇ ਸਿਰ 'ਚ 2-3 ਹਥੌੜੀ ਦੇ ਵਾਰ ਕੀਤੇ ਸੀ। ਲੇਕਿਨ ਉਹ ਬੱਚਾ ਜਿਹੜਾ ਹੈ ਉਹ ਡਾਕਟਰ ਨੇ ਅਨਫਿਟ ਲਿਖਤਾ ਸੀ ਅਤੇ ਉਹਦੇ ਪੇਰੈਂਟਸ ਜਿਹੜੇ ਆ ਉਹ ਕੱਲ੍ਹ ਉਹਨਾਂ ਦੀ ਸਟੇਟਮੈਂਟ ਸੀ ਹੋ ਸਕੀ, ਅੱਜ ਜਿਹੜਾ ਥਾਣਾਦਾਰ CMC ਗਿਆ ਉਹਨਾਂ ਦੀ ਸਟੇਟਮੈਂਟ ਲਿਖ ਕੇ, ਜੇ ਬੱਚਾ ਠੀਕ ਹੋਊਗਾ ਤਾਂ ਉਹਦੀ ਸਟੇਟਮੈਂਟ ਲਈ ਜਾਊਗੀ, ਨਹੀਂ ਤਾਂ ਉਹਦੇ ਵਾਰਸਾਂ ਦੀ ਸਟੇਟਮੈਂਟ ਲੈ ਕੇ ਦੋਸ਼ੀ ਦੇ ਖਿਲਾਫ਼ ਜਿਹੜੀ FIR ਲੌਜ ਕੀਤੀ ਜਾਊਗੀ। ਸੋ ਦੋਸਤੋ, ਤੁਸੀਂ ਵੀ ਦੇਖਿਆ ਅਤੇ ਸੁਣਿਆ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਵਿਅਕਤੀ ਨੇ ਇੱਕ 10 ਸਾਲ ਦੇ ਬੱਚੇ ਦੇ ਸਿਰ 'ਤੇ ਹਥੌੜਿਆਂ ਨਾਲ ਵਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ, ਜਿਸ ਦੀ ਹਾਲਤ ਫਿਲਹਾਲ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਹਸਪਤਾਲ ਦੇ ਦਾਖਲ ਹੈ ਬੱਚਾ ਅਤੇ ਪੁਲਿਸ ਨੇ ਉਸਨੂੰ ਕਾਬੂ ਵੀ ਕਰ ਲਿਆ। ਆਰੋਪੀ ਨੂੰ ਹਜੇ ਖੁਲਾਸਾ ਨਹੀਂ ਹੋ ਸਕਿਆ ਵੀ ਇਹ ਹਮਲਾ ਕਿਉਂ ਕੀਤਾ ਗਿਆ, ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ। ਇਹ ਸੀ ਹੁਣ ਤੱਕ ਦੀ ਅਪਡੇਟਸ, ਨਵੀਂ ਅਤੇ ਤਾਜ਼ਾ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ, ਧੰਨਵਾਦ, ਅਤੇ ਤੁਸੀਂ ਦੇਖਦੇ ਰਹੋ A1 ਪੰਜਾਬੀ TV। For new updates, please subscribe A1 News and click the bell icon.